ਮੇਰੇ ਪਿੱਛੇ ਜਿਹੜੀ ਮੋਟਰ ਆ ਇਹ ਮਾਗਟ ਪਿੰਡ ਦੀ ਆ, ਔਰ ਇਹਦਾ ਵੀ ਪਾਣੀ ਦਾ ਜਿਹੜਾ ਰੰਗ ਆ, ਪਾਣੀ ਦਾ ਕੈਮੀਕਲ ਤੇ ਹੋ ਸਕਦਾ ਕਿ 4-5 ਸਾਲ ਤੋਂ ਇਹਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਖਤਰਨਾਕ ਕੈਮੀਕਲ ਆਉਂਦੇ ਹੋਣ, ਪਰ ਕਾਲੇ ਰੰਗ ਦਾ ਪਾਣੀ ਜਿਹੜਾ ਆ ਹੁਣ ਇਹਦੇ ਵਿੱਚੋਂ ਨਿਕਲਣਾ ਸ਼ੁਰੂ ਹੋ ਗਿਆ। ਬੜੇ ਭਿਆਨਕ ਹਾਲਾਤ ਆ ਮਾਗਟ ਪਿੰਡ ਦੇ, ਲੋਕ ਕਹਿ ਰਹੇ ਆ ਵੀ ਸਾਨੂੰ ਇਹ ਨਹੀਂ ਸਮਝ ਆਉਂਦੀ ਵੀ ਹੁਣ ਅਸੀਂ ਇਸ ਪਿੰਡ ਨੂੰ ਛੱਡੀਏ ਕਿ ਇਸ ਪਿੰਡ ਦੇ ਵਿੱਚ ਰਹੀਏ। ਦਾ ਕੋਈ ਰਿਸ਼ਤੇਦਾਰ ਵੀ ਇੱਥੇ ਆਉਂਦਾ ਨਾ ਜੀ, ਆਪਦਾ ਪਾਣੀ ਨਾਲ ਲੈ ਕੇ ਆਉਂਦਾ ਵੀ ਅਸੀਂ ਤੁਹਾਡੇ ਪਿੰਡ ਦਾ ਪਾਣੀ ਨਹੀਂ ਪੀਣਾ ਜੀ। ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਸਾਡੇ ਪਿੰਡ 'ਚ ਰਿਸ਼ਤੇ ਹੋਣੇ ਵੀ ਬੰਦ ਹੋ ਜਾਣੇ ਜੀ। ਹਾਂਜੀ, ਅਤੇ ਮੌਤਾਂ ਬਹੁਤ ਹੋ ਚੁੱਕੀਆਂ ਜੀ, ਸਾਡੇ ਪਿੰਡ ਮਰੀਜ਼ ਵੀ ਇਸ ਟਾਈਮ ਪਏ ਨੇ। ਤੁਸੀਂ ਕਹੋ ਆਪਾਂ ਤੁਹਾਨੂੰ ਦਿਖਾ ਕੇ ਵੀ ਲਿਆਉਂਦੇ ਜੀ, ਮਰੀਜ਼ ਪਏ ਨੇ ਭਾਅ ਜੀ, 11-12 ਮੌਤਾਂ ਹੋ ਚੁੱਕੀਆਂ ਨੇ ਇਸ ਟਾਈਮ, 5-7 ਮਰੀਜ਼ ਪਏ ਨੇ ਜੀ। ਅੱਛਾ ਜੀ, ਬਿਲਕੁਲ ਜੀ। ਜੇ ਅੱਜ ਵੀ ਕੋਈ ਕੈਂਪ ਲੱਗਦਾ ਨਾ ਜੀ, ਕੈਂਸਰ ਕੈਂਪ ਲੱਗਦਾ, ਚੈੱਕਅਪ ਕੈਂਪ ਲੱਗਦਾ, ਸਾਨੂੰ ਐਂ ਲੱਗਦਾ ਵੀ ਸ਼ਾਇਦ ਸਾਨੂੰ ਵੀ ਕੋਈ ਨਾ ਕੋਈ ਉਹ 'ਚ ਲੱਛਣ ਨਿਕਲਣਗੇ। ਜਾਂ ਤਾਂ ਡੈਂਕ ਬੰਦ ਕਰਕੇ ਕੰਮ ਹੋਰ ਸ਼ੁਰੂ ਕੀਤਾ ਜਾਵੇ, ਸਾਡੇ ਪਿੰਡ ਦਾ ਪਾਣੀ ਪੀਣ ਯੋਗ ਬਣਾਇਆ ਜਾਵੇ। ਸਾਡੇ ਕੋਲ ਇਹੀ ਮੰਗ ਆ ਜੀ, ਹੋਰ ਕੋਈ ਮੰਗ ਨਹੀਂ, ਅਸੀਂ ਜਿਉਂਦੇ ਰਹਿਣਾ ਚਾਹੁੰਦੇ ਹਾਂ, ਖੇਤੀ ਮਰਨਾ ਨਹੀਂ ਚਾਹੁੰਦੇ, ਕੈਂਸਰ ਨਾ ਮਰਨਾ ਨਹੀਂ ਚਾਹੁੰਦੇ। ਦੇ ਵਿੱਚ ਡੈਂਕ ਲੱਗੀ ਹੋਈ ਹੈ ਜੀ, KGN ਡੈਂਕ ਆ ਜੀ, ਅਤੇ ਇਸ ਦਾ ਪਾਣੀ ਜਿਹੜਾ ਵਾ ਇਹ ਟਰੀਟਮੈਂਟ ਪਲਾਂਟ ਵੀ ਇਹਨੇ ਲਾਇਆ ਹੋਇਆ, ਪਰ ਇਹ ਫਿਰ ਵੀ ਪਾਣੀ ਸਾਡੇ ਪਿੰਡ ਨੂੰ ਬਹੁਤ ਨੁਕਸਾਨ ਪਹੁੰਚਾ ਰਿਹਾ ਜੀ। ਇਹ ਪਾਣੀ ਥੱਲੇ ਬੋਰ ਕਰਾਏ ਹੋਏ ਆ ਜੀ ਇਹਨਾਂ ਨੇ ਅੰਦਰ, ਇਹ ਪਾਣੀ ਥੱਲੇ ਸੁੱਟ ਰਹੇ ਨੇ, ਅਤੇ ਸਾਡੇ ਜਿਹੜਾ ਪੀਣ ਵਾਲਾ ਪਾਣੀ ਹੈ ਜੀ ਉਹ ਬਹੁਤ ਜ਼ਿਆਦਾ ਕੈਮੀਕਲ ਆ ਰਿਹਾ ਸਾਡੇ ਪਾਣੀ ਦੇ ਵਿੱਚ, ਬੋਰਾਂ ਦੇ ਵਿੱਚ, ਸਮਰਸੀਬਲਾਂ ਦੇ ਵਿੱਚ, ਅਤੇ ਜਿਹੜੇ ਉਹ ਸਾਡੇ ਡੰਗਰਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਜੀ ਉਹ ਪਾਣੀ। ਅਤੇ ਹਾਂਜੀ ਬਿਲਕੁਲ ਜੀ, ਅਤੇ ਸਾਡੇ ਅਸੀਂ ਇਹੀ ਮੰਗ ਕਰਦੇ ਜੀ, ਸਾਡਾ ਪਾਣੀ ਦਾ ਹੱਲ ਕੀਤਾ ਜਾਵੇ ਜੀ, ਸਾਨੂੰ ਪੀਣ ਯੋਗ ਪਾਣੀ ਮਿਲੇ ਸਾਡੇ ਪਿੰਡ ਨੂੰ। ਅਤੇ ਇਹ ਇੱਕ ਹੋਰ ਜੀ ਹੈ ਜੀ ਸਮੱਸਿਆ ਜੀ, ਜਿਹੜਾ ਇਹਦੀ ਚਿਮਨੀ ਲੱਗੀ ਹੋਈ ਆ ਉੱਪਰ, ਉਹਦੇ 'ਚੋਂ ਵੀ ਬਹੁਤ ਜ਼ਿਆਦਾ ਸਵਾਹ ਉੱਡਦੀ ਹੈ ਜੀ ਸਾਡੇ, ਜਿਵੇਂ ਕੋਈ ਹੁਣ ਅਸੀਂ ਕੱਪੜੇ ਧੋ ਕੇ ਬਾਹਰ ਸੁੱਕਣੇ ਪਾਉਂਦੇ ਹਾਂ, ਉਹ ਵੀ ਚਿੱਟੇ ਹੋ ਜਾਂਦੇ, ਉੱਤੇ ਕਾਲੇ ਚਿੱਟੇ ਕੱਪੜੇ ਹੀ ਉਹ ਕਾਲੇ ਹੋ ਜਾਂਦੇ ਆ ਸਵਾਹ ਨਾਲ। ਕੱਲ੍ਹ ਦੀ ਵੀਡੀਓ ਦੇਖ ਰਿਹਾ ਸੀ, ਮਾਂਗੜ ਪਿੰਡ ਦੇ ਸਰਪੰਚ ਕੰਪਲੇਂਟ ਕਰ ਰਹੇ ਆ, ਕੁਛ ਧੜਾ ਜਿਹੜਾ ਉਹਨਾਂ 'ਚੋਂ ਨੌਕਰੀ ਕਰਦਾ ਉਹਦੇ ਕੋਲ, ਜਿਹੜਾ ਉਹ ਫੈਕਟਰੀ ਹੈ ਡਾਇੰਗ ਵਾਲੀ, ਅਤੇ ਉਹਨਾਂ ਨੇ ਉਹਨਾਂ ਦੇ ਮਾਲਕ ਨਾਲ ਗੱਲ ਵੀ ਸੁਣਾਈ ਅਤੇ MLA ਵਾਲੀ ਗੱਲ ਵੀ ਸੁਣਾਈ। ਹੁਣ ਇਹਦੇ 'ਚ ਬੜੀ ਕਲੀਅਰ ਹੈਗੀ ਆ ਕਿ ਪਾਣੀ ਉਹ ਪਹਿਲਾਂ ਪਾ ਚੁੱਕੇ ਆ ਤਰਫ 'ਚ, ਪਿੱਛੇ ਜੇ ਉਹਨਾਂ ਨੇ ਟ੍ਰੀਟਮੈਂਟ ਪਲਾਂਟ ਚਾਲੂ ਕੀਤਾ। MLA ਸਾਹਿਬ ਕਹਿ ਰਹੇ ਪਹਿਲਾਂ ਪ੍ਰੋਬਲਮ ਸੀ ਹੁਣ ਦੂਰ ਹੋ ਗਈ, ਇਹ ਐਕਚੁਅਲੀ ਸਾਇੰਟੀਫਿਕ ਰੀਜ਼ਨ ਆ, ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਉਹ ਠੀਕ ਨਹੀਂ ਹੋਈ, ਉਹ ਪੂਰੀ ਖਰਾਬ ਹੋ ਚੁੱਕੀ ਹੈ ਥੱਲੇ ਪਾਣੀ, ਕਿਉਂਕਿ ਜਦੋਂ ਪਾਣੀ ਦੇ ਜਿਹੜੇ ਥੱਲੇ ਦਰਿਆ ਜਿਹੜੀਆਂ ਛੱਪੜੀਆਂ, ਜਦੋਂ ਇੱਕ ਵਾਰੀ ਗੰਦੀ ਹੋ ਜਾਂਦੀਆਂ ਉਹ ਠੀਕ ਨਹੀਂ ਹੋ ਸਕਦੀਆਂ, ਉਦੋਂ ਤੱਕ ਨਹੀਂ ਠੀਕ ਹੋ ਸਕਦੀਆਂ ਜਦੋਂ ਤੱਕ ਉਹਨਾਂ ਦਾ ਪੂਰਾ ਪਾਣੀ ਬਾਹਰ ਨਾ ਕੱਢਿਆ ਜਾਵੇ, ਅਤੇ ਉਹ ਟਿਊਬਵੈੱਲ ਉਵੇਂ ਹੀ ਚੱਲਦੇ ਰਹਿਣਗੇ। ਅਤੇ ਇਹ ਜਿਹੜਾ ਪਾਣੀ ਦਾ ਨਿਕਾਸ ਆ, ਉਹ ਕਹਿੰਦੇ ਜੀ ਹੁਣ ਅਸੀਂ ਪਾਣੀ ਟ੍ਰੀਟ ਕਰਕੇ ਪਾ ਰਹੇ ਹਾਂ, ਇਹ ਨਹੀਂ ਸਮਝ ਆਈ ਜਦੋਂ ਬੋਲਦੇ ਆ ਕਿੱਥੇ ਪਾ ਰਹੇ ਆ, ਉਹ ਬਾਹਰ ਪਾ ਰਹੇ ਆ, ਬਾਹਰ ਕੱਢ ਰਹੇ ਆ, ਟ੍ਰੀਟ ਕਰਕੇ ਉਹਦਾ ਇਸਤੇਮਾਲ ਖੇਤੀ ਲਈ ਕੀਤਾ ਜਾ ਰਿਹਾ, ਜਾਂ ਉਹਦੀ ਟੈਸਟਿੰਗ ਕਿਹਨੇ ਕੀਤੀ ਆ, ਉਹਦੇ 'ਚ ਹੈਵੀ ਮੈਟਲ ਹੈ ਨਹੀਂ ਹੈ, ਜਾਂ ਕੈਮੀਕਲ ਕਿੰਨੇ ਆ। ਬੇਸਿਕਲੀ ਉਹ ਪਹਿਲਾਂ ਪਾ ਚੁੱਕੇ ਆ ਉਹਦਾ ਇਸੇ ਲਈ ਹੀ ਉਹ ਟਿਊਬਵੈੱਲ ਜਿਹੜੇ ਆ 400 ਫੁੱਟ ਵਾਲੇ ਉਹ ਕਾਲਾ ਪਾਣੀ ਦੇ ਰਹੇ ਆ, ਅਤੇ ਜਿਹੜਾ ਪਿੰਡ ਦਾ 800 ਫੁੱਟ ਦਾ ਟਿਊਬਵੈੱਲ ਪਾਣੀ ਜਿਹੜਾ ਪੀਣ ਵਾਲਾ ਪਾਣੀ ਦਿੰਦਾ ਟੈਂਕੀ 'ਚ, ਉਹ ਅਜੇ ਠੀਕ ਹੈ। ਉਹ ਕਹਿੰਦੇ ਵੀ ਇਹ ਵੀ ਖਰਾਬ ਹੋ ਸਕਦਾ, ਅਤੇ ਉੱਥੋਂ ਦੇ ਲੋਕ ਬਿਮਾਰ ਵੀ ਨੇ। ਸੋ ਇੱਕ ਤਾਂ ਸਿੱਧੀ ਗੱਲ ਹੈ ਬਈ, ਜਿਹੜੇ ਉਹ ਟਿਊਬਵੈੱਲ ਜਿਹੜਾ 400 ਫੁੱਟ ਵਾਲਾ ਜਿਹੜਾ ਪਾਣੀ ਦੇ ਰਿਹਾ ਉਹਦੀ ਟੈਸਟਿੰਗ ਹੋਣੀ ਚਾਹੀਦੀ ਹੈ, ਅਤੇ ਇਹਨਾਂ ਦੇ ਜਿਹੜਾ ਅੰਦਰ ਹੈ ਜਿਹੜਾ ਫੈਕਟਰੀ ਹੈ ਉਹਦਾ ਇੰਟਰਨਲ ਆਡਿਟ ਹੋਣਾ ਚਾਹੀਦਾ ਵੀ ਉਹਨੇ ਕਿੰਨੇ ਉਹਨੇ ਬੋਰ ਵਿੱਚ ਪਾਏ ਹੋਏ ਆ। ਜਿਵੇਂ ਜ਼ੀਰੇ ਵਾਲੀ ਫੈਕਟਰੀ ਪਹਿਲਾਂ ਕਹਿੰਦੇ ਸੀ ਕੁਛ ਨਹੀਂ ਹੋਇਆ, ਫਿਰ ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ ਨੇ, ਜੇ ਉਹ ਸਾਫ਼ ਨੇ ਅਤੇ ਇਹ ਪਾਣੀ ਆ, ਜਦੋਂ ਤੱਕ ਇਹ ਜਿਹੜੀਆਂ ਡਾਇੰਗ ਫੈਕਟਰੀਆਂ ਸ਼ਹਿਰ ਦੇ ਹੱਦਾਂ ਤੋਂ ਬਾਹਰ ਲੱਗਦੀਆਂ, ਬਚਣ ਲਈ ਲੱਗਦੀਆਂ,
ਵੀ ਅਸੀਂ ਪੋਲਿਊਸ਼ਨ ਕਰੀਏ ਤਾਂ ਪਤਾ ਨਾ ਲੱਗੇ ਜੇ ਉਹਨਾਂ ਦੇ ਇਹਦਾ ਮਤਲਬ ਜੇ ਉਹਨਾਂ ਦੇ MLA ਸਾਹਿਬ ਕਹਿ ਰਹੇ ਵੀ ਪਹਿਲਾਂ ਕਰਦੇ ਹੁੰਦੇ ਸੀ ਹੁਣ ਟ੍ਰੀਟਮੈਂਟ ਉਹਨਾਂ ਨੇ ਲਵਾਈ ਹੈ ਇਹਦਾ ਮਤਲਬ ਪਹਿਲਾਂ ਪਾ ਰਹੇ ਸੀ ਇਹਦਾ ਮਤਲਬ ਕਿ ਉਹਨਾਂ ਦਾ ਪਹਿਲਾਂ ਪੈਸੇ ਖਰਚਣ ਦਾ ਆਈਡੀਆ ਨਹੀਂ ਸੀ ਇਸ ਪੋਲਿਊਸ਼ਨ ਕੰਟਰੋਲ 'ਤੇ ਅਤੇ ਉਹਨਾਂ ਨੂੰ ਚਾਹੀਦਾ ਵੀ ਜਿਹੜੀ ਜ਼ੀਰੋ ਲਿਕੁਇਡ ਡਿਸਚਾਰਜ 'ਤੇ ਆ ਜਾਣ ਪਾਣੀ ਨਿਕਲੇ ਹੀ ਨਾ ਬਾਹਰ ਜੇ ਉਸ 'ਤੇ ਨਹੀਂ ਆਉਣਗੇ ਤਾਂ ਇਹ ਗਾਹੇ ਬਗਾਏ ਇਹ ਪਾਣੀ ਪੋਲਿਊਟ ਹੁੰਦਾ ਹੀ ਰਹਿਣਾ ਅਤੇ ਉਹਨਾਂ ਦੇ ਜਿਹੜੇ ਦਾਲੇ ਵਿਦਾਲੇ ਪਿੰਡ ਆ ਉਹਨਾਂ ਦਾ ਸਰਵੇ ਕੀਤਾ ਜਾਵੇ ਵੀ ਭਾਈ ਤੁਹਾਡਾ ਬਿਮਾਰੀਆਂ ਕਿੰਨੀਆਂ ਕੈਂਸਰ ਅੱਜ ਕੱਲ੍ਹ ਪਹਿਲਾਂ ਆਪਾਂ ਦੂਰ ਦੂਰ ਸੁਣੀਦਾ ਸੀ ਹੁਣ ਆਪਣੇ ਕੋਲ ਆ ਗਿਆ ਤਾਂ ਹੈਲਥ ਡਿਪਾਰਟਮੈਂਟ ਨੂੰ ਚਾਹੀਦਾ ਵੀ ਇਹਨਾਂ ਪਿੰਡਾਂ ਦਾ ਜਿਹੜੇ ਨਾਲ ਜਿਹਨਾਂ ਦੇ ਫੈਕਟਰੀਆਂ ਹੈਗੀਆਂ ਉਹਨਾਂ ਦਾ ਸਰਵੇ ਕੀਤਾ ਜਾਵੇ ਤਾਂ ਹੀ ਆਪਾਂ ਨੂੰ ਇਹਦੀ ਜਿਹੜੀ ਅਹਿਮੀਅਤ ਹੈ ਜਾਂ ਇਹਦੀ ਬਿਮਾਰੀ ਦਾ ਜਿਹੜਾ ਖਦਸ਼ਾ ਹੈ ਅਤੇ ਜਾਂ ਇਹਦੀ ਡੂੰਘਾਈ 'ਚ ਜਾਣ ਦੀ ਕਿਉਂਕਿ ਪੜ੍ਹਾਈ ਬਿਨਾਂ ਜਾਂ ਰਿਸਰਚ ਕੀਤੇ ਬਿਨਾਂ ਕਿਸੇ 'ਤੇ ਤੋਹਮਤਾ ਲਾਉਣਾ ਉਹ ਠੀਕ ਨਹੀਂ ਲੇਕਿਨ ਜਦੋਂ ਪਾਣੀ ਗੰਦਾ ਹੋ ਚੁੱਕਿਆ ਪਾਣੀ ਕਰ ਚੁੱਕਿਆ ਗੰਦਾ ਉਹ ਤਾਂ ਹੀ ਥੱਲਿਓ ਪਾਣੀ ਖਰਾਬ ਆ ਰਿਹਾ ਨਾ ਤਾਂ ਇਹਦੇ ਵਿੱਚ ਕੋਈ ਦੋਰਾ ਇਹ ਨਹੀਂ ਕਿ ਫੈਕਟਰੀ ਨੇ ਪਹਿਲਾਂ ਕੀਤਾ ਅੱਜ ਕੱਲ੍ਹ ਉਹ ਟ੍ਰੀਟਮੈਂਟ ਕਰ ਰਹੇ ਟ੍ਰੀਟਮੈਂਟ ਕਿਹੜੇ ਲੈਵਲ ਦੀ ਹੋ ਰਹੀ ਕੁਝ ਨਹੀਂ ਬੋਲ ਰਹੇ ਹੋ ਵੀ ਉਹਨਾਂ ਕੋਲੋਂ ਕਿਹੜੇ ਉਹਨਾਂ ਦਾ SBR ਹੈ MMBR ਹੈ ਕਿ USB ਹੈ ਕ੍ਰੈਡਿਟ ਟੈਕਨੋਲੋਜੀ ਹੈ ਠੀਕ ਹੈ ਉਹ ਲੱਗਣ ਦੀ ਅਜੇ ਉਹਨਾਂ ਨੇ ਕੋਈ ਮੈਂਸ਼ਨ ਨਹੀਂ ਕੀਤਾ ਤਾਂ ਇਹ ਜਾਂਚ ਦਾ ਵਿਸ਼ਾ ਹਾਲਾਤ ਹੋਏ ਨੇ ਔਰ ਸਾਡੇ ਲੋਕ ਨੁਮਾਇੰਦੇ ਔਰ ਸਰਕਾਰ ਸੁੱਤੀ ਪਈ ਹੈ ਅਫਸਰਸ਼ਾਹੀ ਸੁੱਤੀ ਪਈ ਹੈ ਕਿ ਪਿੰਡ ਵਾਲਿਆਂ ਨੂੰ ਪਾਣੀ ਇੰਨਾ ਗੰਦਾ ਪੀਣਾ ਪੈ ਰਿਹਾ ਔਰ ਖੇਤਾਂ ਦੇ ਵਿੱਚ ਇੱਦਾਂ ਦੇ ਪਾਣੀ ਨਾਲ ਕਿੱਦਾਂ ਦੀਆਂ ਫਸਲਾਂ ਹੋ ਰਹੀਆਂ ਨੇ ਉਹਨਾਂ ਦੇ ਉੱਤੇ ਕਿੰਨਾ ਮਾੜਾ ਪ੍ਰਭਾਵ ਪੈ ਰਿਹਾ ਹੋਊਗਾ ਔਰ ਉਹ ਫਸਲਾਂ ਦੇ ਵਿੱਚੋਂ ਜਿਹੜਾ ਅੰਨ ਨਿਕਲਦਾ ਉਹ ਜਿਹੜਾ ਸ਼ਹਿਰਾਂ ਦੇ ਵਿੱਚ ਜਾਂ ਬਾਕੀ ਜਗ੍ਹਾ 'ਤੇ ਆ ਰਿਹਾ ਉਹਦੇ ਨਾਲ ਕਿੰਨੇ ਮਾੜੇ ਪ੍ਰਭਾਵ ਪੈ ਰਹੇ ਹੋਣਗੇ ਉਸ ਪਿੰਡ ਦੇ ਵਿੱਚ ਲੋਕਾਂ ਨੇ ਦੱਸਿਆ ਕਿ ਬਹੁਤ ਸਾਰੀਆਂ ਮੌਤਾਂ ਕੈਂਸਰ ਨਾਲ ਵੀ ਹੋਈਆਂ ਨੇ ਔਰ ਹੁਣ ਵੀ ਕੈਂਸਰ ਦੇ ਮਰੀਜ਼ 3-4 ਮਰੀਜ਼ ਪਏ ਨੇ ਅਤੇ ਸਾਨੂੰ ਬਹੁਤ ਹੈਰਾਨੀ ਹੋਈ ਹੈ ਕਿ ਸਰਕਾਰਾਂ ਕਿਉਂ ਨਹੀਂ ਸਮੇਂ ਸਿਰ ਧਿਆਨ ਦਿੰਦੀਆਂ ਕਿ ਉਦੋਂ ਹੀ ਜਾਗਣਗੀਆਂ ਜਦੋਂ ਲੋਕ ਸੜਕਾਂ ਦੇ ਉੱਤੇ ਆ ਕੇ ਸੰਘਰਸ਼ ਕਰਨ ਲੱਗ ਗਏ ਧਰਨੇ ਲਗਾਉਣ ਲੱਗ ਗਏ ਕਿਉਂ ਨਹੀਂ ਪਹਿਲਾਂ ਧਿਆਨ ਦਿੱਤਾ ਜਾਂਦਾ ਇਲਾਕੇ ਦੇ ਲੋਕ ਵੀ ਮੰਨਦੇ ਨੇ ਔਰ ਉੱਥੇ ਜਾ ਕੇ ਜਦੋਂ ਦੇਖਿਆ ਤਾਂ ਹਾਲਾਤ ਦੇ ਮੁਤਾਬਕ ਪਿੰਡ ਦੇ ਬਿਲਕੁਲ ਨੇੜੇ 100-150 ਮੀਟਰ ਦੇ ਦਾਇਰੇ ਦੇ ਵਿੱਚ ਹੀ ਇੱਕ ਡਾਇੰਗ ਫੈਕਟਰੀ ਲੱਗੀ ਹੋਈ ਹੈ ਪੂਰਬ ਵਾਲੇ ਪਾਸੇ ਪਿੰਡ ਦੇ ਔਰ ਉਹਦਾ ਕਿਉਂਕਿ ਸਤਲੁਜ ਦੇ ਜਿਹੜਾ ਇਲਾਕਾ ਹੈਗਾ ਇਹ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ ਬਹੁਤ ਨੀਵਾਂ ਨਹੀਂ ਹੈਗਾ ਉੱਚਾ ਹੈਗਾ ਔਰ ਫੈਕਟਰੀਆਂ ਵਾਲੇ ਕੀ ਕਰਦੇ ਨੇ ਕਿ ਰਿਵਰਸ ਬੋਰਿੰਗ ਦੇ ਥਰੂ ਪਾਣੀ ਥੱਲੇ ਆਪਦਾ ਗੰਧਲਾ ਸੁੱਟਦੇ ਨੇ ਔਰ ਇੱਥੇ ਇੱਕ ਹੋਰ ਅਸੀਂ ਜਾ ਕੇ ਇਹ ਗੱਲ ਨੂੰ ਹੈਰਾਨ ਰਹਿ ਗਏ ਜਿਹੜੀਆਂ ਲੁਧਿਆਣੇ ਸ਼ਹਿਰ ਦੇ ਵਿੱਚ ਡਾਇੰਗ ਫੈਕਟਰੀਆਂ ਲੱਗੀਆਂ ਹੋਈਆਂ ਨੇ ਉਨ ਰੰਗਣ ਦੀਆਂ ਉਹਨਾਂ ਨੇ CETP ਦਾ ਕਨੈਕਸ਼ਨ ਲਿਆ CETP ਦੇ ਵਿੱਚ ਇਹ ਕਹਿੰਦੇ ਨੇ ਡਾਇੰਗਾਂ ਵਾਲੇ ਕਿ ਹਾਂਜੀ ਅਸੀਂ ਪਾਣੀ ਸੁੱਟ ਰਹੇ ਹਾਂ CETP ਤੋਂ ਟ੍ਰੀਟਮੈਂਟ ਕਰਕੇ ਉਸ ਤੋਂ ਬਾਅਦ ਬੁੱਢੇ ਦਰਿਆ ਦੇ ਵਿੱਚ ਹੁਣ ਸੁੱਟਣ ਲੱਗੇ ਹਾਂ ਅਤੇ ਪਹਿਲਾਂ ਬਿਨਾਂ ਟ੍ਰੀਟਮੈਂਟ ਤੋਂ ਸੁੱਟਦੇ ਸੀਗੇ ਕਿ ਸਾਡੀ ਮਜਬੂਰੀ ਹੈ ਉਹ ਕਹਿੰਦੇ ਨੇ ਸਾਡੀ ਮਜਬੂਰੀ ਹੈ ਕਿ ਬੁੱਢੇ ਦਰਿਆ ਦੇ ਵਿੱਚ ਉਹ ਪਾਣੀ ਸੁੱਟਣਾ ਤਾਂ ਜਿਹੜੀਆਂ ਕਾਰਪੋਰੇਸ਼ਨ ਦੀ ਹੱਦ ਤੋਂ ਬਾਹਰ ਡਾਇੰਗ ਫੈਕਟਰੀਆਂ ਨੇ ਉਹਨਾਂ ਦਾ ਪਾਣੀ ਕਿੱਥੇ ਨੂੰ ਜਾ ਰਿਹਾ ਜੀ ਵੱਡਾ ਸਵਾਲ ਇਹ ਆ ਰਿਹਾ ਕਿਉਂ ਨਹੀਂ ਸਾਡੀ ਅਫਸਰਸ਼ਾਹੀ ਇਸ ਚੀਜ਼ ਨੂੰ ਇਨਵੈਸਟੀਗੇਟ ਕਰਦੀ ਸਾਡੀ ਸਰਕਾਰ ਇਸ ਗੱਲ ਦੀ ਉੱਚ ਪੱਧਰੀ ਜਾਂਚ ਕਰਵਾਵੇ ਕਿ ਇਹਨਾਂ ਦਾ ਪਾਣੀ ਦਾ ਆਡਿਟ ਕੀਤਾ ਜਾਣਾ ਬਣਦਾ ਸਾਰੀਆਂ ਡਾਇੰਗ ਫੈਕਟਰੀਆਂ ਦਾ
ਔਰ ਪੋਲਿਊਟ ਕਰਨ ਵਾਲੀਆਂ ਜਿਹੜੀਆਂ ਫੈਕਟਰੀਆਂ ਦਾ ਕਿ ਕਿੰਨਾ ਪਾਣੀ ਇਹ ਵਰਤਦੇ ਨੇ, ਕਿੰਨਾ ਪਾਣੀ ਇਹਨਾਂ ਦੇ ਵਿੱਚੋਂ ਬਾਹਰ ਨਿਕਲਦਾ, ਔਰ ਬਾਕੀ ਦਾ ਗੰਧਲਾ ਪਾਣੀ ਕਿੰਨਾ ਟ੍ਰੀਟਮੈਂਟ ਕਰਦੇ ਨੇ, ਕਿੰਨਾ ਬਿਨਾਂ ਟ੍ਰੀਟਮੈਂਟ ਤੋਂ ਇਹ ਪਾਣੀ ਧਰਤੀ ਦੇ ਵਿੱਚ ਹੀ ਰਿਵਰਸ ਬੋਰਿੰਗ ਦੇ ਥਰੂ ਸਿੱਟ ਰਹੇ ਨੇ। ਅੱਜ ਕੰਪਲੇਂਟ ਫਾਈਲ ਕਰ ਦਿੱਤੀ ਹੈ ਸਾਰੀ ਅਥਾਰਟੀਜ਼ ਕੋਲ, ਇੱਥੋਂ ਐਕਸ਼ਨ ਦੀ ਉਮੀਦ ਕਰਦੇ ਹਾਂ। ਜੇਕਰ ਨਹੀਂ ਐਕਸ਼ਨ ਲਿਆ ਜਾਂਦਾ ਉਸ ਫੈਕਟਰੀ ਦੇ ਅਗੇਂਸਟ ਜਾਂ ਆਸੇ ਪਾਸੇ ਵਾਲੀਆਂ ਫੈਕਟਰੀਆਂ ਦੇ ਅਗੇਂਸਟ, ਔਰ ਪਾਣੀ ਦਾ ਆਡਿਟ ਨਹੀਂ ਕਰਵਾਇਆ ਜਾਂਦਾ, ਡਿਟੇਲ ਦੇ ਵਿੱਚ ਕੰਪਲੇਂਟ ਦੇ ਵਿੱਚ ਲਿਖਿਆ ਹੋਇਆ, ਤਾਂ ਫਿਰ ਪਬਲਿਕ ਐਕਸ਼ਨ ਕਮੇਟੀ ਦੀ ਜਿਹੜੀਆਂ ਭਰਾਤਰੀ ਜਥੇਬੰਦੀਆਂ ਨੇ ਉਹ ਮਿਲ ਕੇ ਫੈਸਲਾ ਲਵਾਂਗੇ ਕਿ ਇਸ ਜਿਹੜਾ ਸਾਰੇ ਇਸ਼ੂ ਨੂੰ ਕੀ ਕਰਨਾ ਹੈਗਾ। ਕਿਉਂਕਿ ਐਨ ਜੀ ਟੀ ਦੇ ਵਿੱਚ ਵੀ ਮਾਲਬਰੋਸ ਵਾਲਾ ਵੀ ਪਬਲਿਕ ਐਕਸ਼ਨ ਕਮੇਟੀ ਸਾਰੀਆਂ ਐਨ ਜੀ ਓਸ ਤੋਂ ਮਤਾ ਪਵਾ ਕੇ ਫਿਰ ਐਨ ਜੀ ਟੀ ਦੇ ਵਿੱਚ ਗਏ ਸੀਗੇ। ਇਸ ਇਸ਼ੂ ਨੂੰ ਵੀ ਹੋ ਸਕਦਾ ਕਿ ਐਨ ਜੀ ਟੀ ਦੇ ਵਿੱਚ ਹੀ ਲੈ ਕੇ ਜਾਣਾ ਪਊਗਾ, ਕਿਉਂਕਿ ਅਫਸਰਸ਼ਾਹੀ ਸਰਕਾਰ ਦੇ ਅੱਖਾਂ 'ਚ ਘੱਟਾ ਪਾਉਣਾ ਜਾਣਦੀ ਹੈ, ਅਫਸਰਸ਼ਾਹੀ ਹੀ ਸਾਰਾ ਪ੍ਰੋਬਲਮ ਕ੍ਰੀਏਟ ਕਰਦਾ। ਨਹੀਂ ਜੀ, ਐਨ ਜੀ ਟੀ ਹਜੇ ਨਹੀਂ ਕੀਤੀ, ਹਜੇ ਪੰਜਾਬ ਗੌਰਮੈਂਟ ਦੇ ਜਿੰਨੇ ਵੀ ਅਦਾਰੇ ਹੈਗੇ ਨੇ ਉਹਨਾਂ ਨੂੰ ਕੰਪਲੇਂਟ ਫਾਈਲ ਕੀਤੀ ਹੈ। ਅੱਜ ਦੇਖਦੇ ਹਾਂ ਕਿ ਇਹ ਫਿਰ ਐਨ ਜੀ ਟੀ ਦੇ ਵਿੱਚ ਜਾਇਆ ਜਾਊਗਾ।